ਕੋਰੋਨਾ ਦਾ ਸੰਕਟ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਆਏ ਦਿਨ ਮਰਨ ਵਾਲਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ ਅਤੇ ਉਹਨਾਂ ਦੇ ਸੰਸਕਾਰ ਵਿੱਚ ਕਾਫ਼ੀ ਦਿੱਕਤਾਂ ਆ ਰਹੀਆਂ ਹਨ। ਜਿਸ ਸੰਬੰਧੀ ਸ਼੍ਰੀ ਦੁਰਗਿਆਨਾ ਕਮੇਟੀ ਦੇ ਪ੍ਰਧਾਨ ਰਮੇਸ਼ ਸ਼ਰਮਾ ਵੱਲੋਂ ਸਾਡੀ ਫਾਸਮੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਦਿੱਤੀ ਗਈ ਕਿ ਸ਼ਿਵਪੁਰੀ ਵਿਖੇ ਕੋਰੋਨਾ ਕਾਲ ਦੇ ਚੱਲਦਿਆਂ ਮਰਨ ਵਾਲੇ ਲੋਕਾਂ ਦੇ ਸੰਸਕਾਰ ਲਈ ਜਗ੍ਹਾ ਘੱਟਦੀ ਜਾ ਰਹੀ ਹੈ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਸ਼ਿਵਪੁਰੀ ਨਾਲ ਲੱਗਦੀ ਪੁੱਡਾ ਦੀ ਜ਼ਮੀਨ ਸ਼ਿਵਪੁਰੀ ਨੂੰ ਦਿੱਤੀ ਜਾਏ ਤਾਂ ਜੋ ਲੋਕਾਂ ਦੀਆਂ ਦਿੱਕਤਾਂ ਦਾ ਹੱਲ ਹੋ ਸਕੇ। ਇਸ ਮੌਕੇ ਉਹਨਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹਨਾਂ ਵੱਲੋਂ ਜੋਲਾ ਵਾਰਿਸ ਲਾਸ਼ਾਂ ਲਿਆ ਕੇ ਸ਼ਿਵਪੁਰੀ ਵਿਖੇ ਅਗਨੀ ਪੇਂਟ ਕੀਤੀਆਂ ਗਈਆਂ ਹਨ, ਉਹਨਾਂ ਦੀਆਂ ਅਸਥੀਆਂ ਨੂੰ ਜਲਦ ਤੋਂ ਜਲਦ ਸ਼ਿਵਪੁਰੀ ਵਿਖੇ ਪਹੁੰਚ ਕੇ ਲੈ ਕੇ ਜਾਣ, ਨਹੀਂ ਤਾਂ ਦੁਰਗਿਆਨਾ ਕਮੇਟੀ ਵੱਲੋਂ ਆਪਣੇ ਖਰਚੇ 'ਤੇ ਸੂਰਜ ਗ੍ਰਹਿਣ ਜਾਂ ਚੰਦਰ ਗ੍ਰਹਿਣ ਤੋਂ ਪਹਿਲਾਂ ਗੰਗਾ ਵਿੱਚ ਵਿਸਰਜਨ ਕੀਤਾ ਜਾਏਗਾ। ਇਸ ਤਰ੍ਹਾਂ ਹੈ ਕਿ ਜਿਹੜੀ ਸ਼ਿਵਪੁਰੀ ਦੁਰਗਿਆਨਾ ਕਮੇਟੀ ਚਲਾ ਰਹੀ ਹੈ ਉਹਦੇ ਵਿੱਚ ਜਿਹੜੇ ਲਵਾਰਸ ਨਾਸ਼ਾਂ ਦਾ ਸੰਸਕਾਰ ਦੁਰਗਿਆਨਾ ਕਮੇਟੀ ਫ੍ਰੀ ਕਰਦੀ ਹੈ, ਉਹ ਅਸਥੀਆਂ ਪੁਲਿਸ ਜਿਹੜੀ ਹੈ ਨਾ ਲੈ ਕੇ ਜਾਂਦੀ ਹੈ, ਨਾ ਕੋਈ ਹੋਰ ਉਹਨੂੰ ਅਸਥੀਆਂ ਨੂੰ ਕਿਸੇ ਵੀ ਪਵਿੱਤਰ ਜਗ੍ਹਾ 'ਤੇ ਪ੍ਰਵਾਹ ਕਰਦਾ। ਇਸ ਕਰਕੇ ਕਿਸੇ ਵੀ ਸੂਰਜ ਗ੍ਰਹਿਣ ਜਾਂ ਚੰਦਰ ਗ੍ਰਹਿਣ ਤੋਂ ਪਹਿਲਾਂ ਦੁਰਗਿਆਨਾ ਕਮੇਟੀ ਨੂੰ ਆਪ ਹੀ ਉਹ ਸਾਰੀਆਂ ਅਸਥੀਆਂ ਹਰਿਦੁਆਰ ਭੇਜਣੀਆਂ ਪੈਂਦੀਆਂ। ਇਸ ਕਰਕੇ ਉਹ ਅਸਥੀਆਂ ਜਿਹੜੀਆਂ ਇਕੱਠੀਆਂ ਹੋਈਆਂ ਵੀਆਂ ਹੁੰਦੀਆਂ ਉਹ ਸਾਲ ਦੇ ਬਾਅਦ ਜਾਂ ਜਿਹੜੇ ਵੀ ਸੂਰਜ ਗ੍ਰਹਿਣ ਜਾਂ ਚੰਦਰ ਗ੍ਰਹਿਣ ਆਉਂਦਾ ਉਸ ਤੋਂ ਪਹਿਲਾਂ ਦੁਰਗਿਆਨਾ ਕਮੇਟੀ ਉਹਨਾਂ ਨੂੰ ਗੰਗਾ ਜੀ ਦੇ ਵਿੱਚ ਪ੍ਰਵਾਹ ਕਰ ਦਿੰਦੀ ਹੈ ਆਪਣੇ ਖਰਚੇ 'ਤੇ। ਅੰਮ੍ਰਿਤਸਰ ਦੇ ਸ਼ਿਵਪੁਰੀ ਵਿਖੇ ਜੋ ਲਵਾਰਸ ਲਾਸਾਂ ਸਾੜੀਆਂ ਗਈਆਂ ਸੀ ਅਤੇ ਉਹਨਾਂ ਦੀਆਂ ਅਸਥੀਆਂ ਇੱਥੇ ਬਿਲਕੁਲ ਪਈਆਂ ਨੇ, ਵੱਡੀ ਤਾਦਾਦ ਦੇ ਵਿੱਚ ਇਕੱਠੀਆਂ ਹੋਈਆਂ ਦੀਆਂ ਨੇ। ਜਿਸ ਸੰਬੰਧ ਵਿੱਚ ਦੁਰਗਿਆਨਾ ਕਮੇਟੀ ਦੇ ਪ੍ਰਧਾਨ ਰਮੇਸ਼ ਸ਼ਰਮਾ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਜਿਨ੍ਹਾਂ ਲਵਾਰਸ ਲਾਸਾਂ ਦੀਆਂ ਅਸਥੀਆਂ ਇੱਥੇ ਪਈਆਂ ਨੇ ਅਤੇ ਉਹ ਆਪਣੀਆਂ ਇੱਥੋਂ ਲੈ ਕੇ ਜਾਣ, ਨਹੀਂ ਅਤੇ ਗੰਗਾ ਦੇ ਵਿੱਚ ਸੂਰਜ ਗ੍ਰਹਿਣ ਜਾਂ ਚੰਦਰ ਗ੍ਰਹਿਣ ਤੋਂ ਪਹਿਲਾਂ ਪਰਵਾਈਆਂ ਜਾਣਗੀਆਂ। ਅਤੇ ਸੋ ਨਾਲ ਉਹਨਾਂ ਨੇ ਗੱਲ ਕੀਤੀ ਹੈ ਕਿ ਸ਼ਿਵਪੁਰੀ ਦੇ ਕੋਰੋਨਾ ਕਾਲ ਦੇ ਚੱਲਦਿਆਂ ਜਗ੍ਹਾ ਬਹੁਤ ਘੱਟ ਹੈ ਅਤੇ ਸਿਵੇ ਬਣਾਉਣ ਦੇ ਲਈ ਜਾਂ ਲੱਕੜਾਂ ਨੂੰ ਰੱਖਣ ਦੇ ਲਈ ਜਿਹੜੀ ਪੁੱਡਾ ਦੀ ਜ਼ਮੀਨ ਆ ਉਹ ਦਿੱਤੀ ਜਾਵੇ ਤਾਂ ਜੋ ਲੋਕਾਂ ਨੂੰ ਇੱਥੇ ਸੰਸਕਾਰ ਕਰਨ ਸਮੇਂ ਕੋਈ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਕੈਮਰਾਮੈਨ ਰਮਨ ਕੁਮਾਰ ਦੇ ਨਾਲ ਸੁਸ਼ੀਲ ਸ਼ਰਮਾ, ਫਾਸਟ ਵੇ ਨਿਊਜ਼, ਅੰਮ੍ਰਿਤਸਰ।